معصومين اما بعد جملہ مرحومین دے واسطے اور خصوصا جن مرحومین دے ایصال ثواب دے واسطے اس پاکیزہ محفل دا انعقاد کیتا گیا انہاں دے ایصال ثواب دے واسطے سورہ فاتحہ بسم اللہ الرحمن الرحیم دعا ہے کہ اللہ دی پاک ذات یہ جتنا کچھ خوشنودی خدا دے واسطے کیتا گیا قربتان اللہ اللہ سنو شرف قبولیت عطا فرمائے اور ان مرحومین نو بھی اور اتمام کنندگان نو بھی اجر عظیم عطا فرمائے. کل ہے شب شہادت موسی بن جعفر امامت دے نمبر دے لحاظ دے نال ستویں امام ہے موسی کاظم علیہ السلام. پنجی رجب المرجب امام رجب بہت بڑا برکت والا اس مہینے دے اندر حج عمرہ دے کرن دا بہت بڑا ثواب ہے. یعنی جتنے عمرے سال ہی کیتے ونجے نا انہاں سارے نالوں سب تو زیادہ ثواب جڑا ہے وہ کیا ہے رجب المرجب ہے. کھانا کھلاونا لوگاں نوں خوشنودی خدا دے واسطے نظر نیاز اس دا بہت بڑا ثواب ہے. اگر کوئی نہیں وائی سکدا تو کیا کرے کھانا کھوائے وہ ربا نوں خصوصاً. باقی کھوا دے جنہاں نہیں کوئی نہیں اسی طرح کھانا ہی ہے. امام علیہ الصلوۃ والسلام اس واسطے عرض کیتی نے بھائی شاید کوئی کرے یا نہ کرے کیوں جی شیوا ہے بھائی جمعے دے جس جمعے دے قریب پچھے یا اگے کسی امام دی ولادت یا شہادت ہوئے تو اسے دا انہاں دے ہی تذکرہ کیتا رہنا. ان پچھلے سال پروگرام 13 رجب تے آ گیا ولادت آئی جشن مولا امیر مومنان علیہ الصلوۃ والسلام. یہ ہن جڑا ہے یہ 5 رجب دے قریب آ گیا شہادت ہے امام موسی کاظم علیہ السلام. خراسان دے لوگاں نے ایک بندے نو تیار کیتا بھائی توں جڑا ہے نہ مدینے جا تے امام نو جا کے مل. اس زمانے دے اندر 3000 دینار درہم اور 50000 دینار تے 2000 جبے یعنی کپڑے دے ستر انہاں فائلاں بنائیاں ایک ایک کاغذ دی تا نہیں ہوندے انہاں نے طے کیتا وت انہاں نو تو اس نو لپیٹیا لپیٹ کے
ਉਹਨਾਂ ਨੇ ਹਰ ਅਲੈਦਾ ਅਲੈਦਾ ਕਾਗਜ਼ ਨੂੰ ਸੀਲ ਕੀਤਾ ਔਰ ਸੀਲ ਕਰਕੇ ਉੱਤੇ ਕੇ ਲਾ ਦਿੱਤੀ, ਮੋਹਰ ਲਾ ਦਿੱਤੀ, ਬਈ ਇਸ ਨੂੰ ਕੋਈ ਬੰਦਾ ਪੱਟ ਨਹੀਂ ਸਕਦਾ ਸਿਵਾਏ ਉਸ ਜ਼ਮਾਨੇ ਦੇ ਇਮਾਮ ਦੇ। ਇੱਕ ਬੁੱਢੜੀ ਜਿਹੀ ਵਡਕੀ ਆਈ, ਉਸ ਜਿਸਲੇ ਸੁਣਿਆ ਨਾ, ਉਹ ਕੋਈ ਵਿਚਾਰੀ ਥੋੜ੍ਹੇ ਜਿਹੇ ਆਪਣੀ ਜ਼ੁਬਾਨ ਹੀ ਸਮਝਾਉਣ ਵਾਸਤੇ ਰੁਪਈਆ ਡੇਢ ਕੋਈ ਉਹ ਸੀ ਉਹਦੇ ਕੋਲ, ਅਤੇ ਥੋੜ੍ਹਾ ਜਿਹਾ ਸੂਤਰ ਕੱਤੇ ਹੋਇਆ, ਅੱਖਾਂ ਲੱਗੀ ਅਗਰਚੇ ਹੈ ਤਾਂ ਬਹੁ ਥੋੜ੍ਹਾ, ਲੇਕਿਨ ਜ਼ਮਾਨੇ ਦੀ ਇਮਾਮ ਦੀ ਖਿਦਮਤ 'ਚ ਭੇਜਣ ਤੋਂ ਸ਼ਰਮਾਉਣਾ ਨਹੀਂ, ਹੈ ਬਹੁ ਥੋੜ੍ਹਾ, ਬਾਕੀ ਥੋੜ੍ਹਾ ਹੀ। ਚਲੋ ਨਾ ਦੱਸੇ ਨਾ ਅੱਗੇ, ਇਹ ਮੈਂ ਨਾ ਕੋਈ ਕਹਾਣੀ ਸੁਣਿਆਦਾ ਪਿਆ ਨੇ, ਨਾ ਕੋਈ ਕਿਸੇ ਕਿੱਸਾ ਸੁਣਿਆਦਾ ਪਿਆ, ਇਸ ਨੂੰ ਸਮਝੇ ਸੋਨਾ ਤਾਂ ਅੱਗਾ ਵਾ ਤਾਂ ਇਹਦਾ ਨਤੀਜਾ ਆਪ ਕੱਢਿਆ ਹੈ, ਬਸ ਅਸਾਂ ਕਿਹੜੇ ਪਾਸੇ ਵਹਿੰਦੇ ਪਏ। ਇਸ ਤੋਂ ਪਹਿਲੇ ਮੈਂ ਇੱਕ ਵਾਰੀ ਯਾਦ ਆ ਗਿਆ ਮੈਨੂੰ, ਨਮਾਜ਼ ਜਿਹੜੀ ਕਜ਼ਾ ਪੜ੍ਹੀ ਵੈਂਦੀ ਨਾ, ਕਜ਼ਾ ਨਮਾਜ਼, ਉਸ ਨੂੰ ਇੰਨਾ ਹੀ ਕਜ਼ਾ ਕਰਨਾ ਜਿਵੇਂ ਉਸ ਦੀ ਅਦਾ ਕਜ਼ਾ ਹੋਵੇ। ਸਮਝ ਆਈ ਦੇ, ਜਿਵੇਂ ਕਜ਼ਾ ਹੋਵੇ ਉਹਦੀ ਜਿਵੇਂ ਅਦਾ ਪੜ੍ਹਨੀ ਆਈ। ਮਸਲਨ ਇੱਥੇ ਬੰਦਾ ਇੱਕ ਹੈ, ਉਸਨੇ ਜ਼ੋਰ ਅਸਰ ਦੀ ਨਮਾਜ਼ ਪੂਰੀ ਪੜ੍ਹਨੀ ਜਾਂ ਕਜ਼ਾ ਪੜ੍ਹਨੀ, ਕਸਰ ਪੜ੍ਹਨੀ, ਪੂਰੀ ਪੜ੍ਹਨੀ ਨਾ। ਅਗਰ ਕਿਸੇ ਦੀ ਕਜ਼ਾ ਹੋ ਗਈ ਨਹੀਂ ਪੜ੍ਹ ਸਕਿਆ, ਅਤੇ ਇਤਨਾ ਦੂਰ ਚਲਿਆ ਗਿਆ ਜਿੱਥੇ ਨਮਾਜ਼ ਰੋਜ਼ਾ ਕਸਰ ਹੋ ਪੈਂਦਾ, ਹੁਣ ਚਾਹੁੰਦਾ ਮੇਰੇ ਕੋਲ ਟਾਈਮ ਹੈ ਤਾਂ ਹੁਣ ਉਹ ਉੱਥੇ ਕੀ ਕਰੇ। ਅਗਲੀ ਗੱਲ ਜਿਹੜੀ ਮੈਂ ਦੱਸੀ ਉਹ ਯਾਦ ਆਉਂਦੀ ਪਈ ਨੇ, ਬਸ ਜਿਵੇਂ ਅਦਾ ਕਜ਼ਾ ਹੋਵੇ ਇੰਨੇ ਪੜ੍ਹਨੀ, ਕਿਸੇ ਜਾਈ 'ਤੇ ਵੀ ਹੈ। ਹੁਣ ਉੱਥੇ ਅਦਾ ਪੜਿਆ ਤਾਂ ਕੀ ਪੜ੍ਹਨੀ ਆ, ਉਸ ਕਸਰ ਪੜ੍ਹਨੀ ਆ ਉਸ। ਹੁਣ ਕਿਉਂ ਜੇ ਇਹ ਕਜ਼ਾ ਉਸਦੀ ਹੋਈਏ ਆਪਣੇ ਘਰ ਵਿੱਚ ਜਿੱਥੇ ਇਸ ਨੂੰ ਪੂਰਾ ਪੜ੍ਹਨਾ ਉਸ, ਹੁਣ ਜਿਸਲੇ ਕਜ਼ਾ ਕਰੇ ਸੀ ਤਾਂ ਉਹ ਜਿੱਥੇ ਵੀ ਕਰੇ ਸੀ ਉਸਦੀ ਕਜ਼ਾ ਕਿਵੇਂ ਕਰੇ ਸੀ। ਹੇ ਹੁਣ ਇਸਦਾ ਦੂਆ ਪਾਸਾ ਵੇਖੋ, ਅਗਰ ਕੋਈ ਬੰਦਾ ਮੁਸਾਫਿਰ ਹੈ ਜਿੱਥੇ ਉਸਨੂੰ ਸ਼ਰਈ ਤੌਰ ਦੇ ਉੱਤੇ ਹੁਕਮ ਆਈ ਬਾ ਤੂੰ ਇੱਥੇ ਨਮਾਜ਼ ਕਸਰ ਕਰਕੇ ਪੜ੍ਹਨੀ, ਨਹੀਂ ਪੜ੍ਹ ਸਕਿਆ, ਫਰਜ਼ ਕੀਤਾ, ਕਜ਼ਾ ਹੋ ਗਈ, ਘਰ ਆ ਗਿਆ, ਹੁਣ ਕਜ਼ਾ ਪੜ੍ਹਨੀ ਆ ਉਸ, ਹੁਣ ਵਾ ਤੂੰ ਕਿਵੇਂ ਪੜ੍ਹਸੀ। ਸ਼ਾਬਾ, ਘਰ ਦੇ ਵਿੱਚ ਕਸਰ ਹੁੰਦੀ ਕਿਉਂ, ਅਗਰ ਅਦਾ ਪੜ੍ਹਨੀ ਤਾਂ ਵੱਧ ਕਸਰ ਨਹੀਂ ਹੈ, ਕਿਉਂ ਜੋ ਉਹ ਕਜ਼ਾ ਹੋ ਗਈ ਹੈ ਕਸਰ। ਇਹ ਸਮਝ, ਯਾਨੀ ਜਿਵੇਂ ਨਮਾਜ਼ ਕਜ਼ਾ ਹੋਵੇ ਉਸਦੀ ਇੰਨੀ ਹੀ ਕੀ ਕਰਨੀ, ਕਜ਼ਾ ਨੂੰ ਅਦਾ ਕਰਨਾ। ਕਸਰ ਕਜ਼ਾ ਆਈ ਤਾਂ ਜਿੱਥੇ ਵੀ ਪੜ੍ਹਸੀ ਤਾਂ ਉਹਦੀ ਕਜ਼ਾ ਵੀ ਕੀ ਹੋ ਸੀ, ਕਸਰ। ਅਗਰ ਪੂਰੀ ਕਜ਼ਾ ਹੋਈਏ ਤਾਂ ਜਿੱਥੇ ਵੀ ਹੋਵੇ ਤਾਂ ਉਸਨੂੰ ਕੀ ਕਰੇ ਸੀ ਉਹਦੀ। ਹਾਂ, ਇੱਥੇ ਤਾਂ ਗੱਲ ਦੀ ਸਮਝ ਆ ਗਈ ਨੇ। ਅਤੇ ਜੇ ਅਗਰ ਕੋਈ ਪੜ੍ਹਦਾ ਪਿਓ ਹੋਵੇ ਕਿਸੇ ਵਾਸਤੇ ਨਮਾਜ਼ ਪੜ੍ਹੀਂਦੀ, ਹਾਂ ਪੜ੍ਹੀਂਦੀ, ਉਹ ਆਪਣੀ ਨਹੀਂ ਪੜ੍ਹੀਂਦੀ ਹੈ, ਕਹੀਂ ਨਹੀਂ ਉਹ ਪੜ੍ਹਾਊਗਾ ਨੇ। ਕਿਸੇ ਤੋਂ ਮੁਰਾਦ ਕੌਣ ਹੈ, ਮਾਂ ਬਾਪ ਹੈਨ, ਭੈਣਾਂ ਭਰਾ ਹੈਨ, ਬੀਵੀ ਬੱਚਾ ਹੈ, ਦੋਸਤ ਹੈਨ, ਉਲਮਾ ਹੈਨ, ਹੈਂ ਕੋਈ ਸ਼ੋਹਦਾ ਹੈਨ, ਚਾਹੁੰਦਾ ਬਾਈ ਮੇਰਾ ਇਹ ਬੇਲੀ ਸੰਗਤੀ ਆ, ਮਾਂ ਪਿਓ ਆ, ਚਾਚਾ, ਮਾਮਾ, ਦਾਦਾ, ਨਾਨਾ, ਮੈਂ ਉਸ ਕਣਕੇ ਕਰਾਂ ਚਾਹ ਨਮਾਜ਼। ਚਲੋ ਇਹਨਾਂ ਸਾਰਿਆਂ ਨੂੰ ਛੋੜ ਕੇ, ਮਸਲਨ ਕੋਈ ਬੰਦਾ ਮਾਂ ਪਿਓ ਵਾਸਤੇ ਚਾ ਪੜ੍ਹਦਾ, ਇਹ ਹੁਣ ਮਾਂ ਪਿਓ ਵਾਸਤੇ ਜਿਹੜੀ ਪੜ੍ਹਨੀ, ਇਹ ਦੋ ਨਮਾਜ਼ਾਂ ਹਨ, ਇਹਨਾਂ ਦੀ ਦੋ ਤਰੀਕੇ ਨੇ। ਇੱਕ ਇਹ ਹਦੀਆ ਵਾਲਦੈਨ, ਉਹ ਦੋ ਰਕਾਤ ਪੜ੍ਹੀ ਵੈਂਦੀ, ਹਦੀਆ
ਵਲਦੈਨ, ਉਹ ਕਿਤਨੀ ਹੁੰਦੀ? ਦੋ ਰਕਾਤ। ਅਗਰ ਕੋਈ ਚਾਹੁੰਦਾ ਜੋ ਮੈਂ ਆਪਣੇ ਮਾਂ ਬਾਪ ਦੀ ਨਮਾਜ਼ ਪੰਜ ਗਾਨਾ ਕਜ਼ਾ ਕਰਾਂ ਜਾਂ ਕਿਸੇ ਨੂੰ ਮੈਂ ਅਜੀਰ ਬਣਾ ਲਈ, ਬਾ ਮੈਂ ਆਪ ਮਰੀਜ਼ ਹਾਂ ਜਾਂ ਜ਼ਈਫ ਹਾਂ ਜਾਂ ਬਿਮਾਰ ਹਾਂ ਜਾਂ ਨਾ ਕਰ ਸਕਦਾ, ਤਾਂ ਇਹ ਕੀਤਾ ਜਾ ਸਕਦਾ ਕਿ ਕਿਸੇ ਹੋਰ ਨੂੰ ਉਹਦੇ ਜ਼ਿੰਮੇ ਲਾ ਦਿੱਤੇ ਵੰਨੇ, ਬਾ ਇਤਨੇ ਤੂੰ ਮਾਲ ਮੇਰੇ ਕੋਲੋਂ ਪੈਸੇ ਲੈ ਲੈ, ਉਹ ਜਿੱਥੇ ਉਹ ਵੰਨੇ ਤਾਂ ਤੂੰ ਇਹ ਸਾਲ ਦੀਆਂ, ਦੋ ਸਾਲ ਦੀਆਂ, ਪੰਜ ਸਾਲ ਦੀਆਂ ਨਮਾਜ਼ਾਂ ਜਾਂ ਰੋਜ਼ੇ, ਜਿਵੇਂ ਹਾਜੀ ਮਕਬੂਲ ਸਾਹਿਬ ਨੇ ਆਪਣੇ ਵਾਲੇ ਦੀਆਂ ਪੜ੍ਹਾ ਦਿੱਤੀਆਂ, ਹੋਰ ਹੀ ਬਹੁਤ ਸਾਰੇ ਉਹਦੇ ਜਿੰਨਾ ਕਰਾ ਦਿੱਤੀਆਂ, ਅੱਲਾਹ ਕਬੂਲ ਫਰਮਾਏ ਨੇ। ਇਹ ਵੱਡੇ ਬੇਟੇ ਦੇ ਉੱਤੇ ਜਿਹੜਾ ਹੁੰਦਾ ਨਵਾਜਿਬ ਹੁੰਦਾ, ਅਤੇ ਜੇ ਅਗਰ ਵੱਡਾ ਬੇਟਾ ਉਹ ਪਹਿਲਾਂ ਹੀ ਫੌਤ ਹੋ ਵੰਨੇ ਤਾਂ ਜਿਹੜਾ ਉਸ ਤੋਂ ਛੋਟਾ ਵੱਧ ਵੱਡਾ ਉਹ ਹੀ ਹੈ। ਹੁਣ ਇਹ ਸਮਝ ਆਈ ਨੇ ਬਈ ਨਾ ਹੋਵੇ ਬਈ ਉਹ ਜਿਹੜਾ ਦੋ ਘੰਟੇ ਜ਼ਿੰਦਾ ਰਿਹਾ ਨਾ, ਉਹ ਸਾਰਾ ਤੋਂ ਸਾਡਾ ਵੱਡਾ ਬੇਰਾ ਆਈ, ਅਤੇ ਮੈਂ ਛੋਟਾ, ਮੈਂ ਛੋਟਾ ਨਾ ਮੈਂ ਵੱਡਾ, ਉਹ ਚਲੇ ਗਿਆ, ਬਾਪ ਦੀ ਜ਼ਿੰਦਗੀ ਚਲੇ ਗਿਆ ਨਾ। ਯਾਰ ਰਲ ਕੇ ਪੜ੍ਹ ਲੈਂਦੇ ਨੇ, ਵੰਡ ਲੈਂਦੇ ਨੇ, ਬਸ ਦੋ ਸਾਲ ਦੀਆਂ ਬਾਈਆ ਤੂੰ ਚ ਪੜ੍ਹ, ਦੋ ਸਾਲ ਦੀਆਂ ਮੈਂ ਚ ਪੜ੍ਹ ਸਾਂ, ਉਦੋਂ ਮਰਲੇ ਵੰਡ ਨਹੀਂ ਲਏ, ਵੱਡੇ ਨੇ ਜ਼ਿਆਦਾ ਦਿੱਤੇ ਨੇ, ਉਹ ਨਹੀਂ ਦਿੱਤੇ ਨਾ। ਬਸ ਇਸ ਵਾਸਤੇ ਜਿਹੜਾ ਕੀ ਕਰੇ ਨਾ ਆਪਸੇ 'ਚ ਵੰਡ ਲੈਣ, ਚਲੋ ਇਹ ਤਾਂ ਉਹਨਾਂ ਵਾਸਤੇ ਜੇ ਨਾ ਪੜ੍ਹਨੀ ਹੋਵੇ, ਜਿਹੜੀ ਮੈਂ ਗੱਲ ਤੋਂ ਸਮਝਾਉਣੀ, ਉਹ ਵੱਤ ਜਿਵੇਂ ਮਾਂ ਪਿਓ ਦੀ ਕਜ਼ਾ ਹੋਈ ਹੋਈ ਹੋਵੇ, ਉਸਦੀ ਕਜ਼ਾ ਇੰਝ ਹੀ ਅਦਾ ਕਰਨੀ। ਬਾਅਦ ਬੰਦੇ ਦਾ ਸੁਣਿਆ ਬਾਂਦੇ ਪਏ ਨੇ, ਬਸ ਜਿਹੜੀਆਂ ਮਾਂ ਪਿਓ ਦੀਆਂ ਨਮਾਜ਼ਾਂ ਨੇ ਉਹ ਸਿਰਫ ਦੋ ਰਕਾਤਾਂ ਹੀ ਪੜ੍ਹਨੀਆਂ ਨੇ, ਕਦੋਂ ਘੱਟ ਮਾਰੇ ਨੇ? ਉਹ ਦੋ ਰਕਾਤਾਂ ਹਦੀਏ ਵਾਲਿਦੈਨ ਨੇ ਫਕਤ, ਦੋ ਰਕਾਤ ਨਮਾਜ਼ ਪੜ੍ਹਨਾ ਹਦੀਆ, ਉਹ ਤਾਂ ਹਦੀਆ ਉਹ ਤਾਂ ਹੋਰ ਹੈ, ਲੇਕਿਨ ਕਜ਼ਾ ਜਿਹੜੀ ਹੈ ਨਮਾਜ਼, ਉਹ ਜਿਵੇਂ ਕਜ਼ਾ ਹੋਵੇ ਇੰਨੇ ਉਸਦੀ ਕੀ ਕਰਨੀ। ਅਗਰ ਪਿਓ ਦੀ ਮਸਲਾ ਸੁਬਹ ਦੀਆਂ ਦੋ ਰਕਾਤਾਂ ਕਜ਼ਾਨ ਤੋਂ ਦੋ ਹੀ ਪੜ੍ਹਨੀਆਂ, ਅਗਰ ਉਹਨਾਂ ਦੀਆਂ ਜ਼ੋਹਰ ਦੀਆਂ ਚਾਰ ਕਜ਼ਾਨ ਤਾਂ ਉਹ ਕਜ਼ਾ ਚਾਰ ਹੀ ਪੜ੍ਹਨੀਆਂ, ਅਗਰ ਅਸਰ ਦੀਆਂ ਚਾਰ ਹਨ, ਅਗਰ ਨਿਮਾਸ਼ਾਂ ਦੀਆਂ ਤ੍ਰੈ ਰਕਾਤਾਂ ਕਜ਼ਾਨ ਤੋਂ ਤ੍ਰੈ ਹੀ ਪੜ੍ਹਨੀਆਂ, ਕੁਫਤਾਂ ਦੀਆਂ ਚਾਰ ਰਕਾਤਾਂ ਕਜ਼ਾਨ ਤਾਂ ਉਹ ਚਾਰ ਹੀ ਪੜ੍ਹਨੀਆਂ, ਜਿਹੜੀਆਂ ਮਾਂ ਬਾਪ ਦੀਆਂ ਕਜ਼ਾਈ ਨਮਾਜ਼ਾਂ ਪੜ੍ਹੀਂਦੀਆਂ ਉਹ ਇੰਨੇ ਹੀ ਪੜ੍ਹਨੀਆਂ ਜਿਵੇਂ ਕਜ਼ਾ ਹੋਈਆਂ, ਆਪ ਪੜ੍ਹਦਾ ਪਿਆ ਜਾਂ ਕਿਸੇ ਕੋਲੋਂ ਪੜ੍ਹਵਾ ਰਿਹਾ। ਇਹਦੀ ਹੁਣ ਸਮਝ ਆ ਗਈ ਨਹੀਂ ਗੱਲ ਦੀ? ਹਾਂ, ਲੇਕਿਨ ਉਹ ਕੋਸ਼ਿਸ਼ ਕੀਤੀ ਕਰੋ ਬਾਈ, ਉਹ ਜਿਹੜੇ ਆਪ ਬਹਿ ਕੇ ਗੁਫ਼ਤਗੂ ਕਰੇ ਨਾ ਨਾ ਦੱਸ ਹੈ ਤਾਂ ਕਈ ਯਾਰ ਹਾ ਦਿਲ ਤਿੰਜੇ ਪਿਆ ਮੰਦਾ ਅਕਲ ਤਈ, ਉਹ ਵੱਤ ਵਿੱਚੋਂ ਇੱਕ ਨਿੱਕਾ ਜਿਹਾ ਖਪ ਨਹੀਂ ਨਿਕਲ ਆਉਂਦਾ ਹੈ, ਇੱਕ ਤਰੀਕਾ, ਉਹ ਤਰੀਕਾ ਜਿਹਾ ਨਿਕਲਿਆ ਨਹੀਂ, ਛੋਟਾ ਜਿਹਾ ਢਾਂਚਾ ਬਣਿਆ ਤਾਂ ਵੱਡਾ ਹੁੰਦੇ ਹੁੰਦੇ ਨਾ ਤਾਂ ਚੰਗਾ ਵੱਡਾ ਸਾਰਾ ਬਣ ਗਿਆ ਜਨਾਬ, ਉਹ ਗੱਲ ਚੱਲ ਗਈ, ਉਹ ਕਿਸੇ ਚਾਹ ਕੇ ਉਸੀ ਨਹੀਂ ਕਰ ਛੋੜ, ਬਾ ਠੀਕ ਹੈ ਠੀਕ ਹੈ ਨਾ। ਇਹਦੀ ਸਮਝ ਹੁਣ ਆ ਗਈ, ਜਿਵੇਂ ਕਜ਼ਾ ਹੋਵੇ ਉਸਦੀ ਅਦਾ ਵੀ ਆਪਣੀ ਏ ਜਾਂ ਮਾਂ ਬਾਪ ਦੀ ਏ, ਜਾਂ ਜਿਸ ਦੀ ਉਜਰਤ 'ਤੇ ਪੜ੍ਹ ਰਹੇ ਹਾਂ, ਜਾਂ ਕਿਸੇ ਨਾਲ ਵਾਅਦਾ ਕੀਤਾ, ਬੀਵੀ ਦੀ ਹੈ, ਸ਼ੌਹਰ ਦੀ ਹੈ, ਭੈਣ ਭਰਾ ਦੀ ਹੈ, ਕਿਸੇ ਦੋਸਤ ਦੀ ਹੈ, ਕਿਸੇ ਆਲਮ ਦੀ ਹੈ ਵਗੈਰਾ, ਤਾਂ ਜਿਵੇਂ ਨਮਾਜ਼ ਕਜ਼ਾ ਹੋ ਸੀ ਉਸਦੀ ਅਦਾ ਵੀ ਇੰਨੇ ਕਰਨੀ। ਨਾ ਇਹ ਤੁਹਾਨੂੰ ਇਖਤਿਆਰ ਏ, ਅਤੇ ਅਸਾਂ ਤਾਂ ਖੈਰ ਕਿੱਥੇ ਰਹਿ ਗਏ ਹਾਂ, ਕਿਸੇ ਨਬੀ ਨੂੰ ਵੀ ਨਹੀਂ ਇਖਤਿਆਰ ਆਪਣੇ ਕੋਲੋਂ ਤਰੀ ਦੀਆਂ ਚੌਂ ਚ ਕਰੇ ਜੇ ਚਾਰ ਦੀਆਂ ਪੰਜ ਚ ਬਣਾਏ। ਸਮਝ ਆ ਗਈ ਨੇ ਗੱਲ ਦੀ? ਬਾ ਕਿਸੇ ਨਬੀ ਨੂੰ ਵੀ ਇਖਤਿਆਰ ਨਹੀਂ ਬਾਈ, ਉਹ ਕਿਵੇਂ ਚਾਰ ਦੀਆਂ ਪੰਜ ਚ ਬਣਾਏ ਜਾਂ ਚਾਰ ਦੀਆਂ ਤ੍ਰੈ ਚ ਬਣਾਏ, ਬਾਕੀ ਇਨਸਾਨ ਕਿ ਹੁਕਮੇ ਖੁਦਾ ਹੈ, ਉਹ ਹੁਕਮੇ ਖੁਦਾ ਅੱਲਾ ਦੀ ਮਖਲੂਕ ਦੇ ਵਾਸਤੇ ਕਿਹਾ ਹੈ, ਨਾਫਿਜ਼ੁਲ ਅਮਲ ਹੈ। ਚਲੋ ਇੱਕ ਵਾਰੀ ਸਲਵਾਤ ਪੜ੍ਹਿਆ ਹੈ, ਕੁਰਬਤਾਂ ਨੇ ਇਲਾਹ ਹੈ। ਅੱਛਾ, ਉਹ ਗੱਲ ਯਾਦ ਹੈ ਇਮਾਮ ਅਲੈਹਿ ਸਲਾਤੁ ਵਸਲਾਮ ਉਹਨਾਂ ਖੁਰਸਾਨੀਆਂ ਦੀ, ਸੂਬਾ ਖੁਰਸਾਨ ਹੈ ਈਰਾਨ ਦਾ, ਜਿੱਥੇ ਮੌਲੇ ਇਮਾਮ ਰਜ਼ਾ ਅਲੈਹਿ ਸਲਾਤੁ ਵਸਲਾਮ ਦਾ ਰੋਜ਼ੇ ਮੁਕੱਦਸ ਹੈ ਨਾ, ਇਸ ਸੂਬੇ ਦਾ ਨਾਂ ਕਿਆ ਹੈ? ਸੂਬਾ ਖੁਰਸਾਨ। ਉਹ ਭਲਾ ਕੋਈ ਤੁਹਾਨੂੰ ਯਾਦ ਕਿਹੜੀ ਗੱਲ ਮੈਂ ਕੀਤੀ ਆਈ? ਆਖੋ ਆਪੇ ਯਾਦ ਕਰ ਅਤੇ ਆਪੇ ਸੁਣਾ, ਸਨ ਤੰਗ ਨਾ ਕਰ, ਸਰਦੀ ਬਾਰਿਸ਼ ਲੱਥੀ ਹੋਈ ਹੈ। ਉਹਨਾਂ ਕੀ ਕੀਤਾ? ਉਹ
ਉਸ ਮੋਮਿਨਾ ਮਾਈ ਵੀ ਉਹ ਜਿਹੜੇ ਬੰਦੇ ਆਏ ਖੁਰਾਸਾਨ ਦੇ ਉਹਨਾਂ ਇਕੱਠਾ ਹੋ ਕੇ ਕੀ ਕੀਤਾ ਇੱਕ ਬੰਦੇ ਨੂੰ ਕੀਤਾ ਤਿਆਰ ਬਈ ਇਹ ਪੈਸੇ ਅਤੇ ਇਹ ਕੱਪੜੇ ਅਤੇ ਇਹ 70 ਕਾਗਜ਼ ਉਹ ਪਰਚੇ ਤੈਅ ਵੱਡੇ ਉਹ ਅੱਧੇ ਉਹਨਾਂ ਉਹ 70 ਆਏ ਅਤੇ 70 ਇੱਕ ਇੱਕ ਪਰਚੇ ਦੇ ਉੱਤੇ ਸਵਾਲ ਲਿਖਿਆ ਹੋਇਆ ਅੱਧੇ ਹਿੱਸੇ ਤੇ ਸਵਾਲ ਆ ਤੇ ਅੱਧਾ ਹਿੱਸਾ ਥੱਲੇ ਖਾਲੀ ਆ ਬਸ ਇਸੇ ਸਵਾਲ ਦੇ ਥੱਲੇ ਕੀ ਲਿਖਿਆ ਹੋਇਆ ਸੀ ਜਵਾਬ ਲਿਖਿਆ ਹੋਇਆ ਸੀ ਵਾ ਤੂੰ ਉਸ ਹਰ ਵਰਕੇ ਨੂੰ ਉਹ ਵੱਡੇ ਵੱਡੇ ਧਾ ਜਿਹੜੇ ਆਏ ਉਹਨਾਂ ਨੂੰ ਉਹਨਾਂ ਚੰਗਾ ਲਪੇਟਿਆ ਲਪੇਟ ਕੇ ਉਸਨੂੰ ਉੱਤੇ ਮੋਹਰ ਲਾਈ ਉਸਨੂੰ ਸੀਲ ਕਰ ਦਿੱਤਾ ਇਹਦਾ ਮਤਲਬ ਕੀ ਹੁੰਦਾ ਕਿ ਬਾਈ ਜਿਸ ਨੂੰ ਇਹ ਪਹੁੰਚਣਾ ਉਹ ਪੱਟ ਸਕਦਾ ਇਸ ਤੋਂ ਇਲਾਵਾ ਹੋਰ ਬੰਦਾ ਕੋਈ ਨਹੀਂ ਕਰ ਸਕਦਾ ਇਹ ਬੰਦਾ ਉਹ ਤਿਆਰ ਹੋ ਗਿਆ ਮਦੀਨੇ ਉਸਲੇ ਪੈਦਲ ਚੱਲਣ ਦਿਆ ਹੁਣ ਜ਼ਮਾਨੇ ਤਿਆਰ ਹੋ ਗਿਆ ਜਿਹਲੇ ਵੰਜਣ ਲੱਗਾ ਨਾ ਤੇ ਇੱਕ ਮੋਮਿਨਾ ਮਾਈ ਉਸਨੇ ਸੁਣਿਆ ਬਈ ਇਹ ਬੰਦਾ ਮਦੀਨਾ ਮੁਨਵਰਾ ਜਾ ਰਿਹਾ ਉਸ ਦੇ ਕੋਲ ਜਿਹੜਾ ਵਿਚਾਰੀ ਕਰ ਸਕਦੀ ਆਈ ਨਾ ਥੋੜ੍ਹਾ ਜਿਹਾ ਸੂਤੁਰ ਕੋਈ ਆਪਣੀ ਜ਼ੁਬਾਨ ਉਹਦੇ ਰਮ ਦੀ ਨਾ ਰਿਹਾ ਰੁਪਈਆ ਬਣਦਾ ਉਹਦੀ ਕੀਮਤ ਕੋਈ ਆਨਾ ਦੋ ਉੱਤੇ ਅਤੇ ਕੋਈ ਰੁਪਈਆ ਡੇਢ ਜਿਹੜਾ ਹੈ ਨਗਦੀ ਆਖਣ ਕੇ ਲੱਗੀ ਹੈ ਤਾਂ ਬਹੁ ਥੋੜ੍ਹਾ ਲੇਕਿਨ ਇਮਾਮ ਏ ਜ਼ਮਾਨਾ ਦੀ ਖਿਦਮਤ ਵਿੱਚ ਪੇਸ਼ ਕਰਨ ਦਾ ਕੋਈ ਸ਼ਰਮਾਉਣ ਦੀ ਲੋੜ ਨਹੀਂ ਉਹ ਜ਼ਮਾਨੇ ਦੇ ਇਮਾਮ ਕੌਣ ਆਏ ਮੂਸਾ ਕਾਜ਼ਮ ਅਲੈਹਿ ਸਲਾਮ ਜੇ ਜ਼ਮਾਨੇ ਦੇ ਅੰਦਰ ਇਮਾਮ ਆਨ ਉਸ ਜ਼ਮਾਨੇ ਦੇ ਉਹ ਹੀ ਇਮਾਮ ਹੁੰਦੇ ਹਨ ਹੁਣ ਇਸ ਜ਼ਮਾਨੇ ਦੇ ਕੌਣ ਇਮਾਮ ਹਨ ਆਖਿਰ ਉਹ ਜ਼ਮਾਨ ਜਿਹਨਾਂ ਤੋਂ ਅਸੀਂ ਹੋਇਓ ਆ ਗਾਫਿਲ ਜਿਹੜੇ ਅਸਨ ਦੱਸ ਹੀ ਗਏ ਬਾ ਮੇਰੀ ਗੈਬਤ ਹੀ ਤੂੰ ਸਕੇ ਕਰਨਾ ਅਸਾਂ ਉਸ ਪਾਸੇ ਤਵੱਜੋ ਹੀ ਕੋਈ ਨਾ ਕਰੇਂਦੇ ਇਮਾਮ ਜ਼ਮਾਨਾ ਦੇ ਨਾਲ ਸਾਡੀ ਕੋਈ ਰਾਬਤਾ ਹੀ ਨਹੀਂ ਹੈ ਉਸ ਜ਼ਮਾਨੇ ਦੇ ਇਮਾਮ ਮੂਸਾ ਕਾਜ਼ਮ ਅਲੈਹਿ ਸਲਾਮ ਆਖਣ ਲੱਗੇ ਇਹ ਸਮਾਨ ਲੈ ਲੈ ਇਹ ਪੈਸੇ ਲੈ ਲੈ ਇਹ ਕੱਪੜੇ 2000 ਥੋੜ੍ਹੇ ਤਾਂ ਨਹੀਂ ਪਾਰਚੇ ਬੜੇ ਬੁੰਗਸਾਰਾ ਮਾਲ ਅਤੇ ਇਹ ਜਿਹੜੇ ਨਾ ਇਹ ਕਾਗਜ਼ ਸਾਡੇ ਸਵਾਲ ਲਿਖੇ ਹੋਏ ਨੇ ਇਹ ਤੂੰ ਮਦੀਨੇ ਵਾਈ ਕੇ ਦੇਣੇ ਨੇ ਅਤੇ ਜਿਸ ਵੇਲੇ ਤੂੰ ਦੇਸੇ ਨਾ ਅਤੇ ਇਹ ਕਾਗਜ਼ ਹੀ ਪੇਸ਼ ਕਰੇ ਸੇ ਅਗਰ ਉਸਨੇ ਬਗੈਰ ਸੀਲਾਂ ਪੱਟੇ ਦੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਤਾਂ ਵੱਤ ਸਮਝ ਵੰਜੀ ਉਹ ਆਈ ਜ਼ਮਾਨੇ ਦਾ ਇਮਾਮ ਹੈ ਹੈ ਜੇ ਅਗਰ ਉਹ ਆਖੇ ਮੈਂ ਦੇ ਛੋੜੇ ਤਾਂ ਵੱਤ ਤਨ ਇਜਾਜ਼ਤ ਕੁਝ ਇਹਨਾਂ ਦੀਆਂ ਸੀਲਾਂ ਪੱਟ ਕੇ ਅਤੇ ਉਹਨਾਂ ਸਵਾਲਾਂ ਦੇ ਜਵਾਬ ਵੇਖੀ ਅਗਰ ਉਹ ਜਵਾਬ ਬਗੈਰ ਸੀਲਾਂ ਪੱਟਣ ਦੇ ਅਗਰ ਉਹਨਾਂ ਦੇ ਉੱਤੇ ਲਿਖੇ ਹੋਏ ਹੋਣ ਤਾਂ ਉਹ ਹੀ ਜ਼ਮਾਨੇ ਦਾ ਇਮਾਮ ਹੈ ਵੱਤ ਉਸੇ ਦੀ ਖਿਦਮਤ ਦੇ ਵਿੱਚ ਇਹ ਮਾਲ ਪੇਸ਼ ਕਰਨਾ ਉਹ ਮਾਂ ਬੁੱਢੜੀ ਦਾ ਵੀ ਲੈ ਕੇ ਉਹਦੇ ਬਾਅਦ ਵਿਚਾਰੀ ਦਾ ਕੀ ਹੋਣਾ ਜਿੱਥੇ ਹਜ਼ਾਰਾਂ ਅਤੇ ਸੈਂਕੜਿਆਂ ਦੀ ਤਾਦਾਦ ਦੇ ਚਾਹ ਉਹਦੇ ਤਾਂ ਬਾਅਦ ਕੋਈ ਸ਼ੈ ਇੰਨੀ ਆਈ ਮਤਲਬ ਇੰਨੇ ਹੀ ਆਖ ਕੇ ਸੋਰਾ ਘਰ ਵਟਕੀਏ ਤੂੰ ਵੀ ਰੱਫੜ ਪਾਈ ਖਲੀ ਲੇਕਿਨ ਉਹਦਾ ਕੁਵਤ ਇਮਾਨੀ ਇਤਨੀ ਆਈ ਆਂਦੀ ਕੀ ਆਈ ਹੈ ਤਾਂ ਥੋੜ੍ਹਾ ਲੇਕਿਨ ਇਮਾਮ ਜ਼ਮਾਨਾ ਦੀ ਖਿਦਮਤ 'ਚ ਪੇਸ਼ ਕਰਨ ਤੋਂ ਸ਼ਰਮਾਉਣਾ ਨਹੀਂ ਕੋਈ ਸ਼ਰਮ ਨਹੀਂ ਇਹ ਬੰਦਾ ਮਦੀਨਾ ਮੁਨਵਰਾ ਪਹੁੰਚ ਗਿਆ ਉੱਥੇ ਅਬਦੁੱਲਾ ਅਫਤਹ ਨਾਂ ਦਾ ਬੰਦਾ ਉਹ ਵੀ ਆਪਣੇ ਚੰਗੀਆਂ ਗੋਦੜੀਆਂ ਵਿੱਚ ਆਈ ਹੋਈ ਆ ਉਸ ਇਹ ਜਾਲ ਬੜੇ ਬੜੇ ਹੁੰਦੇ ਨੇ ਉਸ ਦਾ ਜਾਲ ਵੀ ਚੰਗਾ ਚੱਲਿਆ ਹੋਇਆ ਉਸ ਉਹ ਕਈ ਨਿਰਾਜ਼ ਹੋ ਪਾਉਂਦੇ ਨੇ ਜੀ ਇਹ ਵੱਤ ਗੱਲ ਕਿਉਂ ਚੱਕੀਤੀ ਨੇ ਕੋਈ ਕਰਨ ਦਾ ਟਾਈਮ ਆ ਉਹ ਇਸ ਵਾਸਤੇ ਜੋ ਬੰਦਾ ਸੁਣਨ ਵਾਸਤੇ ਆਦੀ ਅਮਾਦਾ ਨਹੀਂ ਨਾ ਹੁੰਦਾ ਦਿਲ ਨਹੀਂ ਮੰਨਦਾ ਹਰ ਜ਼ਮਾਨੇ 'ਚ ਕੰਮ ਚੱਲਿਆ ਰਹਿੰਦਾ ਉਸ ਦੇ ਕੋਲ ਉਹ ਗਿਆ ਹੁਣ ਉਹ ਬੈਠਾ
ਭਾਈ ਇਹ ਬੰਦਾ ਮੇਰੇ ਕੋਲੋਂ ਪੁੱਛ ਸੀ ਮੈਂ ਇਸ ਨੂੰ ਦੱਸੇ ਸਾਂ ਕੁਛ ਵੀ ਨਾ ਹੋਇਆ ਪਰੇਸ਼ਾਨ ਹੋ ਕੇ ਬਾਹਰ ਨਿਕਲਿਆ ਪਰੇਸ਼ਾਨ ਹੋ ਕੇ ਬਾ ਮੇਰੇ ਅੱਲਾ ਮੇਰੀ ਰਾਹਨੁਮਾਈ ਫਰਮਾ ਜੋ ਮੈਂ ਆਪਣੇ ਇਮਾਮ ਜ਼ਮਾਨਾ ਤੱਕ ਪਹੁੰਚ ਵੰਜਾ ਇੱਕ ਵਾਰੀ ਸਲਵਾਤ ਪੜੋ ਮੈਂ ਤਾਂ ਮੁਕਾ ਹੀ ਬੈਠਾ ਉਹਨਾਂ ਦੇ ਵਾਸਤੇ ਜੀ ਹਾਂਜੀ ਹਾਂਜੀ ਆਓ ਜੀ ਬਿਸਮਿਲ੍ਲਾ ਆ ਜਾਓ ਆ ਵੈਸੋ ਚਲੋ ਜੀ ਬਿਸਮਿਲ੍ਲਾ ਸ਼ਾਵਰੀ ਆ ਗਏ ਅੱਲਾ ਪਾਕ ਇਹਨਾਂ ਦੀ ਸਿਹਤ ਤੋਂ ਸਲਾਮਤੀ ਵਾਸਤੇ ਇੱਕ ਵਾਰੀ ਸਲਵਾਤ ਇੱਕ ਬੱਚਾ ਆਇਆ ਆਖਣ ਲੱਗਾ ਕਿਹਦੇ ਬੁੱਲੇ ਵਧਾਂ ਟੁਰਿਆ ਮੈਂ ਤੈਨੂੰ ਉਸ ਕੋਲ ਲੈ ਵੇ ਨਾ ਜਿਸ ਦੀ ਤਲਾਸ਼ ਵਿੱਚ ਤੂੰ ਏ ਮੈਂ ਜਾਣੇ ਪਹੁੰਚਿਆ ਇਮਾਮ ਅਲੈਹਿ ਸਲਾਮ ਫਰਮੈਂਦੇ ਨੇ ਬਾ ਕਿਤੇ ਬੋਲੀ ਪਿਆ ਵਾਦਾਂ ਆ ਟੁਰਿਆ ਅਤੇ ਉਹ ਜਿਹੜੇ ਤੇਰੇ ਸਵਾਲ ਹਨ ਉਹਨਾਂ ਦੇ ਜਵਾਬ ਹੋ ਗਏ ਅਤੇ ਇਹ ਜਿਹੜਾ ਮਾਂ ਲਈ ਨੇ ਇਹ ਵਾਪਸ ਲਈ ਵਨ ਅਤੇ ਉਹ ਜਿਹੜੀ ਵਡਕੀ ਦੇ ਰੁਪਈਆ ਦੋ ਅਤੇ ਉਹ ਮੁੜ ਸੂਤਰੇ ਦੀ ਉਹ ਮੈਨ ਚ ਦੇ ਇਹ 40 ਰੁਪਈਆ ਵੀ ਲੈ ਲੈ ਅਤੇ ਉਸ ਵਡਕੀ ਨੇ ਆਖੀ ਬਸ 16 ਖਰਚ ਕਰ ਲੈ ਅਤੇ ਬਾਕੀ ਸਦਕਾ ਕਰ ਛੋੜੀ ਅਤੇ ਇਹ ਕੱਪੜੇ ਐ ਨਹੀਂ ਬਤੌਰ ਕਫਨ ਇਸ ਨੂੰ ਇਸਤੇਮਾਲ ਕਰੀ ਅਤੇ ਅੱਲਾ ਨੇ ਚਾਹ ਤਾਂ ਮੈਂ ਤੇਰੇ ਜਨਾਜ਼ੇ 'ਤੇ ਆਵੈ ਸਾਂ ਬਸ ਮੌਕੇ ਕਿਉਂ ਮੈਂ ਤਾਂ ਸ਼ਾਹਰਾਂ ਨੂੰ ਜ਼ਿਆਦਾ ਨਾ ਮਹਿੰਦਾ ਸਮਝ ਆ ਗਈ ਗੱਲ ਦੀ ਉਹ ਜਿਸਲੇ ਬਹਿ ਕੇ ਆਇਆ ਨਾ ਤਾਂ ਉਹ ਭਰ ਲੱਗੇ ਗਏ ਉਹਨਾਂ ਮਜ਼ਹਬ ਹੀ ਬਦਲ ਛੋੜਿਆ ਭਲਾ ਸੋਚਿਆ ਇੰਝ ਕਿਉਂ ਹੋਇਆ ਉਹ ਥੋੜ੍ਹਾ ਜਿਹਾ ਇਮਾਮ ਅਲੈਹਿ ਸਲਾਮ ਨੇ ਕਬੂਲ ਕਰ ਲਿਆ ਖਲੂਸ ਆਈ ਅਤੇ ਉਹ ਜਿਹੜੇ ਹਜ਼ਾਰਾਂ ਦੇ ਤਾਦਾਦ ਵਿੱਚ ਦਿਰਹਮ ਉਹ ਦੀਨਾਰ ਅਤੇ ਇਤਨੇ ਕੱਪੜੇ ਅਤੇ ਸਭ ਕੁਝ ਆਈ ਇਮਾਮ ਅਲੈਹਿ ਸਲਾਮ ਨੇ ਕਬੂਲ ਨਹੀਂ ਫਰਮਾਇਆ ਬਲੋ ਸੁਚਿਆ ਕਿਉਂ ਨਹੀਂ ਫਰਮਾਇਆ ਵਾ ਨਤੀਜਾ ਇਹ ਨਿਕਲਦਾ ਕਿਉਂ ਜੋ ਅੱਗਾ ਵਜ਼ਾਤ ਕਰੀ ਆਤ ਟਾਈਮ ਲੱਗਦਾ ਬਹੁ ਸਾਰਾ ਨਤੀਜਾ ਘੜ ਛੋੜਾਨ ਨਤੀਜਾ ਇਹ ਲੱਗਦਾ ਬ ਉਸ ਵਡਕੀ ਦਾ ਰਿਜ਼ਕ ਹਲਾਲ ਆ ਸਾਰਿਆਂ ਦਾ ਬਹਰਾਮ ਆ ਜ਼ਿੰਦਾ ਨੇ ਬਗਦਾਦ ਦੇ ਅੰਦਰ ਕਿਤਨੇ ਸਾਲ ਇਮਾਮ ਕੈਦ ਰਹੇ ਇਸ ਨੂੰ ਛੋੜੋ ਇਹ ਸਮਝ ਲਿਓ ਬਸ ਸਾਰੀ ਜ਼ਿੰਦਗੀ ਹੀ ਇਮਾਮ ਦੀ ਹਕੂਮਤ ਦੇ ਤਾਤੋਂ ਨਜ਼ਰ ਆਈ ਜਿਹੜੇ ਬਾਹਰ ਵੀ ਆਏ ਉਹ ਵੀ ਨਹੀਂ ਸਮਝੋ ਬਤੌਰੇ ਕੈਦੀ ਆਏ ਇੱਕ ਵਾਰੀ ਹੋਕਾ ਮਿਲਿਆ ਬਗਦਾਦ ਦੇ ਵਿੱਚ ਕਿ ਰਾਫਜ਼ੀਆਂ ਦਾ ਇਮਾਮ ਮਰ ਗਿਆ ਆ ਕੇ ਵੇਖ ਲਿਓ ਮੁਤਅੱਦਦ ਰਵਾਇਆਤ ਉਹਨਾਂ ਚੋਂ ਇੱਕ ਇਹ ਹੈ ਜੋ ਮਜ਼ਦੂਰਾਂ ਜਨਾਜ਼ਾ ਚ ਆਇਆ ਹੋਇਆ ਕੁਝ ਹੈ ਕਿ ਇੱਕ ਬੜਾ ਕੀਮਤੀ ਹਜ਼ਰਤ ਨੂੰ ਕਫਨ ਮਿਲਿਆ ਚਲੋ ਮਰ ਕੇ ਬਾਹਰ ਕਰ ਰਵਾਇਆਤ ਬਸ ਅਰਜ਼ ਹੀ ਆ ਕੁਝ ਸ਼ਾਹ ਸਾਹਿਬ ਹੋਰੀ ਬਿਆਨ ਕਰੇ ਸਨ ਐ ਇਮਾਮ ਕਾਜ਼ਿਮ ਬਗਦਾਦ ਦੀਆਂ ਸੌੜੀਆਂ ਕੋਠੀਆਂ ਦੇ ਵਿੱਚ ਖੜ ਖੜ ਕੇ ਕੈਦ ਨਿਭਾਉਣ ਵਾਲੇ ਇਮਾਮ ਨਾ ਜੇ ਨਾ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ ਸੁਬੂ ਹੁਨ ਕੁਦੂਸ ਹੁਨ ਰੱਬੁਲ ਮਲਾਇਕਾ ਤਿਹਵਾਰ ਰੂਹ ਲੇਕਿਨ ਵਾਤੀ ਤੁਹਾਡੀ ਕਿਸਮਤ ਜੋ ਕੰਮ ਅਜ਼ ਕੰਮ ਇਸ ਰਵਾਇਤ ਦੇ ਮੁਤਾਬਿਕ ਚੰਦ ਬੰਦੇ ਬਤੌਰ ਮਜ਼ਦੂਰੀ ਉਹ ਸਨ ਮਜ਼ਦੂਰ ਹੀ ਮਿਲ ਗਏ ਜਿਨ੍ਹਾਂ ਨੇ ਤੁਹਾਡਾ ਜਨਾਜ਼ਾ ਉਠਾਇਆ ਕਾਜ਼ਮੈਨ ਤੋਂ ਕਰਬਲਾ ਇਤਨਾ ਫਾਸਲਾ ਨਹੀਂ ਹੈ ਸਲਾਮ ਤੇਰੇ ਜੱਦੇ ਆਲਾ ਦੇ ਉੱਤੇ ਜਿਸ ਦੀ ਤਈਏ ਬੋ ਤੈਰ ਪਾਕੀਜ਼ਾ ਲਾਸ਼ ਕਰਬਲਾ ਦੀ ਸਰ ਜ਼ਮੀਨ ਦੇ ਉੱਤੇ ਬਗੈਰ ਕਫਨ ਦੇ ਅਗਰ ਦੇਣਾ ਹੋਵਿਆ ਬਗੈਰ ਹੁਸਲ ਦੇ ਅਗਰ ਦੇਣਾ ਹੋਵਿਆ ਬਗੈਰ ਦਫਨ ਦੇ
ਜਿਸ ਦਾ ਇੰਨਾ ਖਾਨਾ ਖੂਨ ਗੁਸਲ ਬਣਿਆ, ਕਰਬਲਾ ਦੀ ਖਾਕ ਓਡ ਓਡ ਕੇ ਕਫਨ ਬਣੀ। ਇਤਨਾ ਮਜ਼ਲੂਮ ਇੱਕ ਵਹਿਣ ਬਸ ਇਮਾਮ ਅਲੈਹ ਸਲਾਮ ਦਾ, ਜਿਸਲੇ ਸਾਰੇ ਮਾਰੇ ਗਏ, ਜਵਾਨ ਬੱਚੇ ਕੋਈ ਨਸ ਰਿਹਾ, ਹੈ ਨਾਜ਼ਰਾ ਯਮੀਨਨ ਇਦਿਆ ਦੇਖਾ ਬਸ ਸ਼ਿਮਾਲਨ ਖੱਬੇ ਸੱਜੋ ਵੇਦੋ ਹੈ ਜਿਲ ਨਿਕਲੇ ਨਾ, ਮੇਰੇ ਦੁਰ ਵੇਖਿਆ ਬਸ ਇਹੀ ਹੈ ਜੁਮਲਾ, ਜਿਸਲੇ ਨਿਕਲੇ ਨਾ ਤੇ ਕਰਬਲਾ ਦੀ ਗਰਮ ਰੇਤ ਦੇ ਉੱਤੇ ਦੋ ਲਾਸ਼ਾਂ ਦੇ ਉੱਤੇ ਨਜ਼ਰ ਪਈਏ, ਉਹਨਾਂ ਦੋਵਾਂ ਲਾਸ਼ਾਂ ਦੇ ਦਰਮਿਆਨ ਚ ਆ ਕੇ ਬਹਿ ਗਏ ਨੇ, ਇੱਕ ਹੱਥ ਅਲੀ ਅਕਬਰ ਦੀ ਲਾਸ਼ 'ਤੇ ਰੱਖਿਆ ਨੇ, ਇੱਕ ਹੱਥ ਜਨਾਬ ਕਾਸਿਮ ਦੀ ਲਾਸ਼ 'ਤੇ ਰੱਖਿਆ ਨੇ। ਇਹ ਕੋਈ ਵੈਣ ਕਰਕੇ ਆਉਂਦੇ ਨੇ, ਵਾਹ ਗੁਰਬਤ ਆ ਮੇਰੇ ਅੱਲਾ ਮੈਂ ਗਰੀਬ ਹੋ ਗਿਆ। ਲਾਨਤੁਲਾਹ ਅਲਲ ਕੌਮ ਜੀ, ਬਿਸਮਿਲਲਾ ਸ਼ਾਹ ਜੀ।